ਅਸਲਾਮ ਵਾਲੇਕੁਮ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਰਾ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ ਔਰ ਤੁਹਾਨੂੰ ਇਹ ਦੱਸਦਾ ਜਾਵਾਂ ਕਿ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। 8 ਦਸੰਬਰ 1999 ਬਰੋਜ਼ ਜੁਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਮੇਰੀ ਹੱਥ ਜੋੜੀ। ਇਸ ਫਿਲਮ ਦੇ ਕਾਰਨ ਸੁਲਤਾਨ ਰਹੀ, ਆਸੀਆ, ਮੁਸਤਫਾ ਕੁਰੇਸ਼ੀ, ਜ਼ਾਹਿਰ ਸ਼ਾਹ, ਬਹਾਰ, ਚਿਕੋਰੀ, ਕੈਫੀ ਅਤੇ ਅਲਿਆਸ ਕਸ਼ਮੀਰੀ। ਹਦਾਇਤ ਮਸੂਦ ਭੱਟ, ਫਿਲਮ ਸਾਜ਼ ਮਹਿਮੂਦ ਭੱਟ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਤਾਫੂ ਨੇ। ਇਸ ਫਿਲਮ ਦੇ ਅੰਦਰ ਜ਼ਾਹਿਰ ਸ਼ਾਹ ਅਤੇ ਸੁਲਤਾਨ ਰਹੀ ਨੇ ਭਰਾ ਦਾ ਰੋਲ ਅਦਾ ਕੀਤਾ ਹੈ ਔਰ ਅਸਵੇ ਮਾਮੂਲ ਬਹਾਰ ਬੇਗਮ ਨੇ ਇਸ ਫਿਲਮ ਦੇ ਅੰਦਰ ਇਹਨਾਂ ਦੀ ਮਾਂ ਦਾ ਕਿਰਦਾਰ ਅਦਾ ਕੀਤਾ ਹੈ। ਸੁਲਤਾਨ ਰਹੀ ਦਾ ਨਾਮ ਇਸ ਫਿਲਮ 'ਚ ਹੀਰਾ ਹੁੰਦਾ ਹੈ, ਜਦਕਿ ਜ਼ਾਹਿਰ ਸ਼ਾਹ ਦਾ ਨਾਮ ਸ਼ਰੀਫ ਹੁੰਦਾ ਹੈ ਔਰ ਮੁਸਤਫਾ ਕੁਰੇਸ਼ੀ ਨੇ ਬਦਰੂ ਦੇ ਕਿਰਦਾਰ ਵਿੱਚ ਬੜੀ ਹੀ ਜ਼ਬਰਦਸਤ ਔਰ ਬੜੀ ਹੀ ਬਿਹਤਰੀਨ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ ਹੈ। ਗੋ ਕਿ ਫਿਲਮ ਰਵਾਇਤੀ ਕਿਸਮ ਦੀ ਫਿਲਮ ਹੈ, ਯਾਨੀ ਕਿ ਇਸ ਫਿਲਮ ਦੇ ਅੰਦਰ ਜਿਸ ਤਰ੍ਹਾਂ ਉਹ ਤੁਸੀਂ ਉਸ ਟਾਈਮ ਦੇਖਦੇ ਸੋ ਕਿ ਐਕਸ਼ਨ ਸੀ, ਲੜਾਈ ਸੀ, ਮਾਰ ਕੁਟਾਈ ਸੀ, ਕਤਲ ਗਾਰਤ ਹੁੰਦੀ ਸੀ, ਇਸ ਕਿਸਮ ਦੀ ਇਹ ਫਿਲਮ ਹੈ। ਸੁਲਤਾਨ ਰਹੀ ਨੇ ਇੱਕ ਅੱਖੜ ਕਿਸਮ ਦੇ ਸ਼ਖਸ ਦਾ ਕਿਰਦਾਰ ਅਦਾ ਕੀਤਾ ਹੈ, ਜਿਨ੍ਹਾਂ ਦੀ ਮਾਂ ਉਹਨਾਂ ਨੂੰ ਸ਼ਰਾਫਤ ਦੀ ਜ਼ਿੰਦਗੀ ਗੁਜ਼ਾਰਨ ਦਾ ਦਰਸ ਦਿੰਦੀ ਹੈ। ਜਿਹੜਾ ਸੁਲਤਾਨ ਰਹੀ ਹੀਰਾ ਹੁੰਦਾ ਹੈ, ਉਸਦਾ ਮੁਸ਼ਕਲਾਂ ਹੁੰਦਾ ਹੈ, ਲੜਾਈ, ਮਾਰ ਕੁਟਾਈ ਔਰ ਹਰ ਕਿਸਮ ਦੇ ਉਹ ਪੰਗੇ ਲੈਂਦਾ ਹੈ। ਉਹ ਮੈਂ ਤੁਹਾਨੂੰ ਫਿਰ ਦੱਸਦਾ ਜਾਵਾਂ ਕਿ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।